ਸਵਾਗਤ ਤੁਹਾਡਾ ਸਭ ਦਾ ਪੰਜਾਬ ਅਤੇ ਪੰਜਾਬ ਤੋਂ ਬਾਹਰ ਬੈਠੇ ਦਰਸ਼ਕਾਂ ਦਾ। ਪੰਜਾਬ ਤੋਂ ਬਾਹਰ ਬੈਠੇ ਇਸ ਕਰਕੇ ਵਰਡ ਯੂਜ਼ ਕਰ ਰਹੇ ਹਾਂ ਕਿ ਅੱਜ ਆਸਟ੍ਰੇਲੀਆ 'ਚ ਗਏ ਹੋਏ ਬੱਚਿਆਂ ਨੂੰ ਚਿੰਤਾ ਦਾ ਵਿਸ਼ਾ ਬਣਿਆ ਕਿ ਜਿਨ੍ਹਾਂ ਨੇ 457 'ਚ ਅਪਲਾਈ ਕੀਤਾ ਸੀ ਜਾਂ ਕਰਨਾ ਸੀ ਜਾਂ ਪਲਾਨਿੰਗ ਕਰ ਰਹੇ ਸੀ ਜਾਂ ਇਸ ਸੋਚ ਨਾਲ ਆਸਟ੍ਰੇਲੀਆ ਗਏ ਸੀ ਕਿ 457 'ਚ ਪੱਕੇ ਹੋ ਜਾਣਗੇ, ਉਹਨਾਂ ਲਈ ਕਾਫੀ ਮਾੜੀ ਖਬਰ ਹੈਗੀ ਹੈ। ਕੀ ਚੇਂਜਸ ਆਏ ਹੈ, ਕੀ ਲਿਸਟ ਦੇ ਵਿੱਚ ਚੇਂਜਸ ਆਇਆ ਉਹਦੇ ਬਾਰੇ ਗੱਲ ਕਰਾਂਗੇ। ਆਕੂਪੇਸ਼ਨ ਲਿਸਟ ਚੇਂਜ ਹੋ ਗਈ ਆਸਟ੍ਰੇਲੀਆ ਦੀ, ਉਹਦੇ ਬਾਰੇ ਗੱਲ ਕਰਾਂਗੇ। ਸੈਪਟੈਂਬਰ ਇਨਟੇਕ ਕੈਨੇਡਾ ਔਰ ਪੀਟੀ ਕਰਨ ਵਾਲੇ ਬੱਚਿਆਂ ਲਈ ਕਿਸ ਤਰ੍ਹਾਂ ਦਾ ਭਵਿੱਖ ਰਹੇਗਾ ਕੈਨੇਡਾ ਦੇ ਵਿੱਚ, ਇਸ ਤਰ੍ਹਾਂ ਦੀਆਂ ਗੱਲਾਂ ਅਸੀਂ ਕਰਾਂਗੇ। ਕੈਨੇਬਲ ਤੋਂ ਸਾਡੇ ਨਾਲ ਅੱਜ ਦੇ ਐਕਸਪਰਟ ਨਿਖਿਲ ਅੰਦੀਪ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਜੀ। ਆਸਟ੍ਰੇਲੀਆ 'ਚ 457 ਦੀ ਚੇਂਜਸ ਬਾਰੇ ਥੋੜ੍ਹਾ ਜਿਹਾ ਟਿੱਪਣੀ ਕਰੋ। ਜਿਵੇਂ ਸਾਰੇ ਅਖਬਾਰਾਂ ਦੇ ਵਿੱਚ ਵੀ ਆ ਗਿਆ ਜੀ, ਸਾਰੇ ਪਾਸੇ ਖਬਰ ਫੈਲ ਗਈ ਕਿ 457 ਜਿਹੜਾ ਵਰਕ ਵੀਜ਼ਾ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਡਿਸਕੰਟੀਨਿਊ ਹੋ ਗਿਆ, ਬੰਦ ਕਰਤਾ ਜੀ ਸਰਕਾਰ ਨੇ। ਉਹਦੀ ਜਗ੍ਹਾ 2 ਨਵੇਂ ਵੀਜ਼ੇ ਇੰਟਰੋਡਿਊਸ ਕਰਨੇ ਆ, ਪਰ ਹਾਲੇ ਉਹਦੀ ਡਿਟੇਲ ਆਈ ਨਹੀਂ ਹੈ। ਜੇ ਆਪਾਂ ਸਟੂਡੈਂਟ ਵੀਜ਼ੇ ਦੇ ਨਾਲ ਗੱਲ ਕਰੀਏ ਤਾਂ ਇਹਦੇ ਨਾਲ ਕੋਈ ਡਰ ਕੋਈ ਲਿੰਕ ਨਹੀਂ ਹੈ, ਕੋਈ ਲਿੰਕ, ਬਿਲਕੁਲ ਕੋਈ ਲਿੰਕ ਨਹੀਂ। ਮੈਂ ਕੱਲ ਵੀ ਇੱਕ ਸ਼ੋਅ 'ਚ ਪਰਸੋਂ ਕਹਿ ਕੇ ਹਟਿਆ ਕਿ ਮੈਨੂੰ ਪਤਾ ਨਹੀਂ, ਬਤੌਰ ਐਂਕਰ 100 ਕਾਲ ਹੁਣ ਤਾਂ ਕਾਲੀ ਕੁ ਦਿਨ ਤਾਂ 18 ਆਈਆਂ ਸਵੇਰੇ ਸਵੇਰੇ ਕਿ ਜੀ ਬੱਚਾ ਜਾਣਾ ਹੁਣ ਪੱਕਾ ਨਹੀਂ ਹੋਊਗਾ, ਸੁਣਿਆ ਕੁਛ ਨਹੀਂ ਹੋਣਾ। ਬਾਕੀ ਡਿਟੇਲ ਤੁਹਾਨੂੰ ਸਾਡੇ ਅੱਗੇ ਜਦੋਂ ਐਕਸਪਰਟ ਦੱਸਣਗੇ ਕਿ ਸਟੂਡੈਂਟ ਵੀਜ਼ੇ 'ਤੇ ਇਸ ਚੀਜ਼ ਦਾ ਕੋਈ ਅਸਰ ਨਹੀਂ ਹੈ। 457 ਵਰਕ ਵੀਜ਼ਾ ਹੁੰਦਾ ਜੀ, ਜਿਹੜਾ ਜਿਹੜਾ ਇੰਡੀਆ ਤੋਂ ਵੀ ਲੱਗ ਸਕਦਾ। ਹਾਂ, ਇੰਡੀਆ ਤੋਂ ਵੀ ਲੱਗ ਸਕਦਾ, ਸਵਿਟਜ਼ਰਲੈਂਡ ਤੋਂ ਵੀ ਲੱਗ ਸਕਦਾ। ਕੋਈ ਵੀ ਬੰਦਾ ਜਿਹੜਾ ਬਾਹਰਲਾ ਫੋਰਨਰ ਹੈ, ਆਸਟ੍ਰੇਲੀਅਨ ਰੈਜ਼ੀਡੈਂਟ ਨਹੀਂ ਹੈ, ਉਹ 457 'ਤੇ ਬੁਲਾਇਆ ਜਾ ਸਕਦਾ। ਮੈਂ ਕਈ ਐਸੇ ਬੰਦਿਆਂ ਨੂੰ ਜਾਣਦਾ ਕਿ ਜਿਹੜੇ 457 ਤੋਂ ਬਾਹਰੋਂ ਆਏ ਸੀਗੇ, ਇੰਡੀਆ ਤੋਂ ਵੀ ਆਏ ਸੀ। ਮੇਰੇ ਇੱਕ ਦੋ ਸਕਾਟਲੈਂਡ ਤੋਂ ਨੇ, ਉਹ ਵੀ ਉੱਥੇ 457 ਤੋਂ ਆਏ ਸੀ। ਫੋਰ ਐਗਜ਼ਾਮਪਲ, ਜਿਵੇਂ ਤੁਹਾਡੀ ਗੱਲ ਕਰ ਲਈਏ, ਤੁਸੀਂ ਇੱਕ ਐਂਕਰ ਹੋ, ਤੁਹਾਨੂੰ ਕਈ ਸਾਲਾਂ ਦਾ ਤਜਰਬਾ ਹੈਗਾ। ਕੋਈ ਪੰਜਾਬੀ ਚੈਨਲ ਉੱਥੇ ਆਸਟ੍ਰੇਲੀਆ ਸਟਾਰਟ ਹੋ ਰਿਹਾ ਤਾਂ ਉਹਨਾਂ ਨੂੰ ਉੱਥੇ ਕੋਈ ਬੰਦਾ ਨਹੀਂ ਮਿਲ ਰਿਹਾ, ਤਾਂ ਤੁਹਾਡੇ ਵੱਡੇ ਐਕਸਪੀਰੀਅੰਸ ਬੰਦੇ ਨੂੰ ਉਹ ਕਾਲ ਕਰ ਸਕਦੇ ਆ ਔਨ 457 ਵੀਜ਼ਾ। ਬਟ ਇਹ ਹੋ ਕੀ ਰਿਹਾ ਸੀਗਾ ਕਿ ਬੱਚੇ ਉੱਥੇ ਜਾ ਕੇ ਮਾਸਟਰਸ ਬੈਚਲਰਸ ਜਾ ਕੇ ਕੋਰਸ ਚੇਂਜ ਕਰਕੇ, ਜਿਵੇਂ ਕੁੱਕਰੀ ਦੇ ਕੋਰਸ ਮੋਸਟ ਪਾਪੂਲਰ ਕੁੱਕਰੀ ਦੇ ਚੇਂਜ ਕਰਕੇ, ਉਸ ਤੋਂ ਬਾਅਦ ਕੋਈ ਛੋਟੇ ਮੋਟੇ ਰੈਸਟੋਰੈਂਟ ਢਾਬੇ ਦੇ ਵਿੱਚ ਜਾ ਕੇ ਉਹ 457 'ਚ ਕਨਵਰਜਨ ਕਰਾ ਰਹੇ ਸੀ। ਇਸ ਤਰ੍ਹਾਂ ਹੀ ਹੋਰ ਕੁਝ ਬਿਜ਼ਨਸ ਸੀਗੇ ਜੋ ਸਰਕਾਰ ਵਾਚ ਕਰ ਰਹੀ ਸੀ ਕਈ ਸਾਲਾਂ ਤੋਂ। ਆਈ ਥਿੰਕ ਉਹਦਾ ਹੀ ਸਦਕਾ ਇਹ ਉਹਨਾਂ ਨੇ ਲਾਅ ਪਾਸ ਕੀਤਾ ਕਿ 457 ਹੁਣ ਬੰਦ ਹੋ ਗਿਆ, ਹੁਣ ਬਿਲਕੁਲ ਹੀ ਬੰਦ ਕਰਤਾ, ਐਕੂਪੇਸ਼ਨ ਲਿਸਟ ਚੋਂ ਕੱਢਤਾ। ਕੁਛ ਕੁਛ ਇਹਦੇ 457 ਡਿਸਕੰਟੀਨਿਊ ਹੋ ਗਿਆ ਜੀ, ਇਹਦੀ ਜਗ੍ਹਾ 2 ਨਵੇਂ ਉਹਨਾਂ ਨੇ ਵੀਜ਼ੇ ਇੰਟਰੋਡਿਊਸ ਕਰਨੇ ਹੈਗੇ। ਉਹਦੇ ਵਿੱਚ ਜਿਵੇਂ ਹੁਣ ਮੈਂ ਗੱਲ ਕੀਤੀ ਵੀ ਐਕਸਪੀਰੀਅੰਸ ਬੰਦੇ ਚਾਹੀਦੇ ਸੀਗੇ ਪਰ ਆ ਰਹੇ ਫਰੈਸ਼, ਠੀਕ ਹੈ ਨਾ ਜੀ। ਹੁਣ ਉਹਨਾਂ ਨੇ ਮਿਨੀਮਮ 2 ਇਅਰਸ ਦੀ ਕਲੋਜ਼ ਪਾਤੀ ਕਿ ਐਕਸਪੀਰੀਅੰਸ ਹੋਣਾ ਚਾਹੀਦਾ, ਇੰਗਲਿਸ਼ ਕੈਪੇਬਿਲਿਟੀ ਦੀ ਵੀ ਉਹਨਾਂ ਨੇ ਇਨਕਰੀਜ਼ ਕਰਨ ਦੀ ਸੋਚ ਰਹੇ ਆ। ਤਾਂ ਕਾਫੀ ਚੀਜ਼ਾਂ ਜੀ, ਜੈਨੂਇਨਿਟੀ ਬੇਸਿਕਲੀ, ਜੈਨੂਇਨ ਬੰਦਾ ਜੇ ਆਏ ਉਹਨਾਂ ਨੂੰ ਕੋਈ ਦਿੱਕਤ ਨਹੀਂ, ਬਟ ਜਿਹੜੇ ਆ ਮੈਨੂਪੂਲੇਸ਼ਨ ਵਾਲਾ ਕੰਮ ਉਹ ਕਰਬ ਕਰਤਾ ਜੀ, ਹੋ ਕੇ ਰਿਹਾ ਸੀ ਬੇਸਿਕਲੀ। ਮੈਂ ਤੁਹਾਨੂੰ ਸੱਚਾਈ ਦੱਸਦਾ ਜਿਹੜੀ ਸ਼ਾਇਦ ਬਹੁਤ ਖਤਰਨਾਕ ਹੈ। ਇੱਥੋਂ ਲੋਕ 30-30, 40-40, 50-50, 70-70 ਹਜ਼ਾਰ ਡਾਲਰ ਜੋ ਵੀ ਰੇਟ ਫਿਕਸ ਹੁੰਦਾ ਸੀ ਉਹ ਦੇ ਕੇ ਇੰਪਲਾਇਰ ਨੂੰ ਉੱਥੇ ਪਹੁੰਚ ਜਾਂਦੇ ਸੀ। ਜਿਵੇਂ ਖਿਲਨਦੀਪ ਜੀ ਉਹਨਾਂ ਨੇ ਕਿਹਾ ਕਿ ਗੱਲ ਕੁੱਕਦੀ ਹੋ ਰਹੀ ਹੈ, ਚਲਾਓ ਟੈਕਸੀ ਰਿਹਾ ਸੀ। ਐਕਚੁਅਲੀ ਉਹਨਾਂ ਨੂੰ ਸਕਿੱਲਡ ਬੰਦਿਆਂ ਦੀ ਲੋੜ ਸੀਗੀ, ਇਸੇ ਕਰਕੇ ਕੈਟਾਗਰੀ ਬਣਾਈ ਸੀ ਕਿ ਵਰਲਡ ਦੇ ਵਿੱਚੋਂ ਸਾਨੂੰ ਸਕਿੱਲਡ ਲੋਕ ਸਾਡੇ ਕੋਲ ਆ ਜਾਣ ਕੰਮ ਕਰਨ। ਪਰ ਉਹ ਆਪਣੇ ਕਿੱਤੇ ਦੇ ਵਿੱਚ ਕੰਮ ਨਹੀਂ ਸੀ ਕਰ ਰਹੇ, ਪੈਸੇ ਕਮਾਉਣ ਵਾਸਤੇ ਹੋਰ ਖੇਤਰਾਂ 'ਚ ਕੰਮ ਕਰ ਰਹੇ ਸੀ, ਇਸ ਕਰਕੇ ਇਹਦੀ ਦੁਰਦਸ਼ਾ ਹੋਈ ਹੈ। ਦੂਜੀ, ਪੈਸੇ ਦੀ ਪ੍ਰਵਿਰਤੀ ਚੱਲ ਪਈ ਸੀ, ਕੰਸਲਟੈਂਟਾਂ ਨੇ ਇਹਨੂੰ ਇੱਕ ਰੁਜ਼ਗਾਰ ਬਣਾ ਲਿਆ ਸੀਗਾ, ਇਹਦੇ ਵਿੱਚ ਜਿਹੜਾ ਸਕਿੱਲਡ ਸੀ ਆਕੂਪੇਸ਼ਨ ਉਹ ਉਹਦੀ ਕਿਤੇ ਮਹਾਨਤਾ ਜਿਹੜੀ ਹੈਗੀ ਨਹੀਂ ਰਹੀ ਸੀ। ਜਿਹੜੇ ਹੁਣ ਨਵੇਂ ਆਉਣੇ ਨੇ ਜੀ, ਦੋ ਤੁਸੀਂ ਕਿਹਾ 2 ਵੀਜ਼ਾ ਲਾਂਚ ਹੋਣੇ, ਕਦੋਂ ਕੁ ਸੰਭਾਵਨਾ ਹੈਗੀ? ਇਹ ਹਾਲੇ ਕੁਛ ਕਹਿ ਨਹੀਂ ਸਕਦੇ, ਬਟ ਆਮ ਮੇਰੇ ਹਿਸਾਬ ਨਾਲ 2 ਮਹੀਨੇ ਦੇ ਵਿੱਚ ਇਹ ਇੰਟਰੋਡਿਊਸ ਹੋ ਜਾਣਗੇ। 2 ਮਹੀਨੇ ਦੇ ਵਿੱਚ ਕੁਛ ਵੀ ਇੰਟੀਮੇਸ਼ਨ ਨਹੀਂ ਹੈ ਕਿ ਕਿਸ ਤਰ੍ਹਾਂ ਦੇ ਹੋਣਗੇ, ਕੀ ਬੇਸਿਕਲੀ ਮੋਟੀ ਮੋਟੀ ਗੱਲ ਹੈ ਕਿ ਉਹਦੇ ਐਕਸਪੀਰੀਅੰਸ ਇੰਟਰੋਡਿਊਸ ਕਰਨਗੇ ਅਤੇ ਇੱਕ ਲੈਂਗੁਏਜ ਦੀ ਅਬਿਲਿਟੀ ਜਿਹੜੀ ਇੰਟਰੋਡਿਊਸ ਕਰਨਗੇ। ਹੁਣ ਤਾਂ ਮਤਲਬ ਜੇ 5 ਬੈਂਡ ਵੀ ਹੈ ਜਾਂ ਕਈਆਂ ਦੇ ਬੈਂਡ ਨਹੀਂ ਵੀ ਹੈਗੇ ਤਾਂ ਵੀ 457 ਮਿਲ ਜਾਂਦਾ, ਤਾਂ ਫਿਰ ਉਹ ਲੈਂਗੁਏਜ ਕੈਪੇਬਿਲਿਟੀਜ਼ ਵੀ ਚੈੱਕ ਕਰਨਗੇ ਵੀ ਉਹ ਹੈਗੀਆਂ ਕਿ ਨਹੀਂ ਹੈਗੀਆਂ ਜੀ। ਇਸ ਤੋਂ ਇਲਾਵਾ ਆਕੂਪੇਸ਼ਨ ਲਿਸਟ ਦਾ ਵੀ ਆਇਆ ਹੋਇਆ ਸੀਗਾ। ਦੇਖੋ, ਆਕੂਪੇਸ਼ਨ ਲਿਸਟਾਂ ਚੇਂਜ ਹੋ ਗਈਆਂ ਜੀ, ਇਹ ਤਾਂ ਸਟੂਡੈਂਟ 'ਤੇ ਸਿੱਧਾ ਅਸਰ ਪਏਗਾ। ਇਹ ਬੇਸਿਕਲੀ ਤੁਹਾਨੂੰ ਪਤਾ ਕਿ ਪਹਿਲਾਂ ਇੱਕ ਸਕਿੱਲਡ ਆਕੂਪੇਸ਼ਨ ਲਿਸਟ ਸੀਗੀ ਜੀ, SOL, ਜਿਹਦੇ ਵਿੱਚ ਆਪਾਂ ਅੱਗੇ ਰੈਜ਼ੀਡੈਂਸੀ ਪਾ ਸਕਦੇ ਹਾਂ, ਅਤੇ ਇੱਕ ਕੰਸੋਲੀਡੇਟਿਡ ਸਕਿੱਲਡ ਆਕੂਪੇਸ਼ਨ ਲਿਸਟ CSOL ਆਪਾਂ ਕਹਿੰਦੇ ਸੀ ਉਹ ਸੀਗੀ। ਉਹਦਾ ਉਹਨਾਂ ਨੇ ਚੇਂਜ ਕਰਕੇ ਜੀ ਹੁਣ ਜਿਹੜੀ SOL ਸੀ ਉਹਨੂੰ ਉਹਨਾਂ ਨਾਮ ਦੇ ਦਿੱਤਾ ਜੀ MTLSSL, ਮੀਡੀਅਮ ਐਂਡ ਲੌਂਗ ਟਰਮ ਸਟ੍ਰੈਟੇਜਿਕ ਸ਼ੋਰਟੇਜ ਲਿਸਟ ਬਣਾਤਾ, ਜਿਵੇਂ ਨਿਊਜ਼ੀਲੈਂਡ ਬਣਾਈ ਹੋਈ ਹੈ। ਹਾਂ, ਨਿਊਜ਼ੀਲੈਂਡ ਦੀ LTSSL ਹੈ, ਬਟ ਉਹ ਸ਼ੋਰਟੇਜ ਹੈ, ਬਟ ਇਹਨਾਂ ਦੀ ਆਕੂਪੇਸ਼ਨ ਲਿਸਟ ਦਾ ਨਾਮ ਚੇਂਜ ਕਰਤਾ। ਦੂਸਰੀ ਤਾਂ ਉਹਨਾਂ ਨੇ CSOL ਦਾ ਚੇਂਜ ਕਰਕੇ ਸ਼ੋਰਟ ਟਰਮ ਸਕਿੱਲਡ ਆਕੂਪੇਸ਼ਨ ਲਿਸਟ ਬਣਾਤਾ। ਪਰ ਸਭ ਤੋਂ ਵਧੀਆ ਗੱਲ ਜਿਹੜੀ ਹੈਗੀ ਹੈ, ਇਹਦੇ ਵਿੱਚ ਕੋਈ ਵੀ ਆਕੂਪੇਸ਼ਨ ਚੇਂਜ ਨਹੀਂ ਹੋਈ। ਬੜੇ ਫੋਨ ਆ ਰਹੇ ਜੀ ਅਕਾਊਂਟੈਂਸੀ ਨਿਕਲ ਗਈ, IT ਨਿਕਲ ਗਈ, ਜਾਂ ਮੇਰਾ ਕੋਈ ਕੋਰਸ ਨਿਕਲ ਗਿਆ, ਕੋਈ ਵੀ ਆਕੂਪੇਸ਼ਨ ਨਹੀਂ ਨਿਕਲੀ। IT ਵਾਲੇ ਬੱਚੇ ਵੀ ਸੇਫ ਨੇ, ਅਕਾਊਂਟਿੰਗ ਵਾਲੇ ਬੱਚੇ ਵੀ ਸੇਫ ਨੇ, ਉਹ ਆਕੂਪੇਸ਼ਨ ਨਹੀਂ ਨਿਕਲੀ। ਇੰਜੀਨੀਅਰਿੰਗ ਵਾਲੇ ਵੀ ਸੇਫ ਨੇ, ਸਿਰਫ ਜਿਹੜੀ CSOL ਲਿਸਟ ਹੈਗੀ ਹੈ ਉਹਦੇ ਵਿੱਚੋਂ 200 ਆਕੂਪੇਸ਼ਨਾਂ ਇਹਨਾਂ ਨੇ ਕੱਢੀਆਂ ਹੈਗੀਆਂ। ਪਰ ਹਲੇ ਵੀ CSOL ਜਿਹੜੀ ਲਿਸਟ ਹੈ ਬਹੁਤ
ਜਿਹੜੇ ਬੱਚੇ ਮੈਂ ਪਹਿਲਾਂ ਵੀ ਤੁਹਾਨੂੰ ਸ਼ੋਅ 'ਚ ਕਿਹਾ ਕਿ ਜਿਹੜੇ ਬੱਚੇ ਰੀਜਨਲ ਏਰੀਆਜ਼ ਦੇ ਵਿੱਚ ਜਾਂਦੇ ਹੈਗੇ ਨੇ ਉਹਨਾਂ ਨੂੰ ਐਸ ਓ ਐਲ ਜਿਹੜੀ ਲਿਸਟ ਜਿਹੜੀ ਹੁਣ ਐਮ ਟੀ ਐਸ ਐਸ ਐਲ ਬਣ ਗਈ ਹੈ ਉਹਨਾਂ ਤੋਂ ਕੋਈ ਪ੍ਰਭਾਵ ਨਹੀਂ ਪੈਂਦਾ, ਕਾਫ਼ੀ ਓਕੂਪੇਸ਼ਨਸ ਨੇ ਉਹ ਉਹਦੇ ਆਧਾਰ 'ਤੇ ਆਪਣੀ ਰੈਜੀਡੈਂਸੀ ਜੇ ਅੱਗੇ ਪਾਉਣਾ ਚਾਹੁਣ ਤਾਂ ਪਾ। ਜਿਹੜਾ ਡਿਪਲੋਮਾ ਸੀਗਾ ਜੀ, ਮੈਂ ਦੁਬਾਰਾ ਮੁੱਢਵਾਨਾ, ਜਦੋਂ ਡਿਪਲੋਮਾਸ ਸ਼ੁਰੂ ਹੋਏ ਨੇ, ਐਸ ਐਸ ਵੀ ਐਫ ਆਇਆ ਜਦੋਂ ਸ਼ੁਰੂਆਤ ਹੋਈ ਹੈ, ਡਿਪਲੋਮਾਸ ਲਾਂਚ ਕੀਤੇ ਗਏ, ਉਦੋਂ ਇੱਕ ਚੀਜ਼ ਕਹੀ ਜਾਂਦੀ ਸੀ ਕਿ ਜੇ ਤੁਸੀਂ ਪੀ ਐਸ ਡਬਲਿਊ ਲੈਣਾ, ਪੋਸਟ ਸਟੱਡੀ ਵਰਕ ਵੀਜ਼ਾ ਲੈਣਾ, ਆਪਣੀ ਸਟੱਡੀ ਖਤਮ ਕਰਕੇ ਉੱਥੇ ਜਿਹੜਾ ਵਰਕ ਪਰਮਿਟ ਲੈਣਾ ਤਾਂ ਤੁਹਾਡਾ ਕਿੱਤਾ ਜਿਹੜਾ ਹੈਗਾ ਉਹ ਐਸ ਓ ਐਲ ਲਿਸਟ ਦੇ ਵਿੱਚ ਹੋਣਾ ਲਾਜ਼ਮੀ ਸੀਗਾ। ਕੀ ਇਹਦੇ ਨਾਲ ਵੀ ਸੰਬੰਧਿਤ ਕੋਈ ਚੇਂਜਸ? ਹਾਂ ਦੇਖੋ ਜੀ, ਹੁਣ ਕਈ ਓਕੂਪੇਸ਼ਨਸ ਦੇ ਵਿੱਚ ਇਹਨਾਂ ਨੇ ਨਾ ਇੱਕ ਤਰੀਕੇ ਦਾ ਲਿਮਿਟੇਸ਼ਨਸ ਲਗਾਤੀਆਂ ਵੀ ਇਹ ਇਹ ਓਕੂਪੇਸ਼ਨਸ ਦੇ ਵਿੱਚ ਅਸੀਂ ਅੱਗੇ ਫੋਰ ਸਪੈਸ਼ਲੀ 4, 5, 7 ਕਿਉਂਕਿ ਕਈ ਬੱਚੇ ਜਿਵੇਂ ਕਿ ਪੁਆਇੰਟ ਪੂਰੇ ਨਹੀਂ ਬਣ ਰਹੇ ਅਤੇ ਆਪਾਂ ਇੰਪਲੋਇਰ ਨੂੰ ਉਹੀ ਪੈਸੇ ਦੇ ਕੇ ਆਪਾਂ 4, 5, 7 ਲੈ ਲਈਏ, ਉਹ ਉਹਨਾਂ ਨੇ ਕਈ ਓਕੂਪੇਸ਼ਨ ਦੇ ਵਿੱਚ ਲਿਮਿਟੇਸ਼ਨ ਲਗਾਤੀਆਂ ਜੀ। ਦੂਸਰੀ ਗੱਲ ਮੈਂ ਬਾਰ ਬਾਰ ਇਹ ਕਹਿੰਦਾ ਜੀ, ਮੈਂ ਸ਼ੁਰੂ ਤੋਂ ਡਿਪਲੋਮਾ ਮਾਰਕੀਟ ਨੂੰ ਕਦੀ ਪ੍ਰਮੋਟ ਨਹੀਂ ਕੀਤਾ, ਨਾ ਮੈਂ ਕਦੀ ਕੋਈ ਡਿਪਲੋਮਾ ਕੇਸ ਸਟੂਡੈਂਟ ਤੋਂ ਐਕਸੈਪਟ ਕਰਦਾ, ਕਿਉਂਕਿ ਸਭ ਤੋਂ ਵੱਡੀ ਗੱਲ ਕਿ ਇਸ ਡਿਪਲੋਮੇ ਤੋਂ ਬਾਅਦ ਆਟੋਮੈਟਿਕਲੀ ਵਰਕ ਪਰਮਿਟ ਨਹੀਂ ਮਿਲਣਾ, ਚਾਹੇ ਐਸ ਓ ਐਲ 'ਚ ਵੀ ਹੋਵੇ, ਨਹੀਂ ਮਿਲਣਾ ਵਰਕ ਪਰਮਿਟ। ਠੀਕ ਹੈ ਜੀ, ਇਹ ਸਪਸ਼ਟ ਗੱਲ ਹੈ, ਕਲੀਅਰਲੀ ਲਿਖੀ ਹੋਈ ਹੈ ਕਿ ਜਿਹੜੇ ਟੇਫ 'ਚ ਪੜ੍ਹ ਰਹੇ ਨੇ ਬੱਚੇ, ਚਾਹੇ ਟੇਫ ਹੋਏ ਚਾਹੇ ਪ੍ਰਾਈਵੇਟ ਕਾਲਜ ਹੋਏ, ਡਿਪਲੋਮਾ ਕਰਨ ਤੋਂ ਬਾਅਦ ਵਰਕ ਪਰਮਿਟ ਨਹੀਂ ਮਿਲਣਾ ਜੀ। ਓਕੇ, ਸਿਰਫ ਆਟੋਮੈਟਿਕਲੀ ਜਿਹਨਾਂ ਜਿਹੜੇ ਰੀਜਨਲ ਏਰੀਆ 'ਚ, ਚਾਹੇ ਰੀਜਨਲ ਏਰੀਆ ਹੋਏ, ਨਹੀਂ ਮਿਲਣਾ ਆਟੋਮੈਟਿਕਲੀ ਕਹਿ ਰਿਹਾ। ਠੀਕ ਹੈ ਨਾ, ਜਿਹੜੇ ਬੈਚਲਰਸ ਐਂਡ ਮਾਸਟਰਸ ਨੇ ਕੋਰਸ ਕਰਦੇ ਨੇ ਉਹਨਾਂ ਨੂੰ 485 ਵੀਜ਼ਾ ਜਿਹੜਾ ਆਟੋਮੈਟਿਕਲੀ ਉਹਨਾਂ ਨੂੰ ਵਰਕ ਪਰਮਿਟ ਮਿਲਣਾ ਵਾਂਸ ਦੇ ਸਕਸੈਸਫੁਲੀ ਕੰਪਲੀਟ ਦੇਅਰ ਕੁਆਲੀਫਿਕੇਸ਼ਨ। 6 ਬੈਂਡ ਉਹਨਾਂ ਦੇ ਆਈਲਸ ਦੇ ਵਿੱਚ ਆਉਂਦੇ ਆ ਤਾਂ ਉਹਨਾਂ ਨੂੰ ਆਟੋਮੈਟਿਕ ਇਹ ਵੀਜ਼ਾ ਮਿਲਣਾ ਹੈ। ਅਤੇ ਉਹਦੇ ਵਾਸਤੇ ਹੁਣ ਜਿਵੇਂ 4, 5, 7 ਬੰਦ ਹੋ ਗਿਆ, ਇਹ ਆਈ ਥਿੰਕ ਇਹ ਬਹੁਤ ਵਧੀਆ ਗੱਲ ਹੈ ਕਿਉਂਕਿ ਹਰ ਬੈਚਲਰਸ ਮਾਸਟਰ ਨੂੰ 2 ਸਾਲ ਦਾ ਵਰਕ ਵੀਜ਼ਾ ਮਿਲਣਾ ਹੀ ਮਿਲਣਾ। ਅਤੇ ਚਾਹੇ ਉਹ ਲਿਸਟ ਦੇ ਵਿੱਚ ਉਹ ਓਕੂਪੇਸ਼ਨ ਹੈ ਨਹੀਂ ਹੈ, ਬਟ ਜਿਹੜਾ ਤੁਹਾਨੂੰ ਗੱਲ ਕੀਤੀ ਕਿ 4, 5, 7 ਲਈ ਵੀ 2 ਸਾਲ ਦਾ ਵਰਕ ਐਕਸਪੀਰੀਅੰਸ ਕਾਊਂਟ ਕਰ ਰਹੇ ਨੇ ਅਤੇ ਆਟੋਮੈਟਿਕਲੀ ਬੱਚਿਆਂ ਤੋਂ ਮਿਲ ਗਿਆ 2 ਸਾਲ ਦਾ ਵੀਜ਼ਾ, ਅਤੇ ਬਾਅਦ 'ਚ ਜੇ ਉਹ 4, 5, 7 ਵੀ ਜਾਂ ਸਿਮਿਲਰ ਜੋ ਵੀ ਨਵਾਂ ਹੁਣ ਵੀਜ਼ਾ ਆਏਗਾ ਉਹ ਅਪਲਾਈ ਕਰ ਸਕਦਾ ਹੈ। ਸੋ ਨਟਸ਼ਲ ਵਿੱਚ ਗੱਲ ਇਹ ਹੈ ਕਿ ਉਹਨਾਂ ਨੂੰ ਪੜ੍ਹੇ ਲਿਖੇ ਅਤੇ ਐਕਸਪੀਰੀਅੰਸ ਬੰਦੇ ਚਾਹੀਦੇ ਹੈ, ਨਾ ਕਿ ਸਿਸਟਮ ਨੂੰ ਮੈਨੀਪੁਲੇਟ ਕਰਨ ਵਾਲੇ। ਬਿਲਕੁਲ ਠੀਕ ਹੈ ਜੀ, ਇਹ ਹਰ ਦੇਸ਼ ਦੇ ਵਿੱਚ, ਇੰਡੀਆ ਵੀ ਆਉਂਦਾ, ਜੇ ਅਸੀਂ ਵੀ ਕਿਤੋਂ ਬਾਹਰੋਂ ਮੰਗਾਵਾਂਗੇ ਸਾਨੂੰ ਸਕਿਲਡ ਬੰਦਿਆਂ ਦੀ, ਪਰਪੱਕ ਬੰਦਿਆਂ ਦੀ, ਆਪਣੇ ਕਿੱਤੇ ਦੇ ਵਿੱਚ ਮਾਹਿਰ ਬੰਦਿਆਂ ਦੀ ਜ਼ਰੂਰਤ ਹੈ। ਅਨਪੜ੍ਹ ਜਿਹਨੂੰ ਇੰਗਲਿਸ਼ ਨਹੀਂ ਆਉਂਦੀ ਜਾਂ ਪੰਜਾਬੀ 'ਚ, ਇੱਥੇ ਪੰਜਾਬ 'ਚ ਉਹਨਾਂ ਨੂੰ ਪੰਜਾਬੀ ਲਿਖਣੀ ਪੜ੍ਹਨੀ ਨਹੀਂ ਆਉਂਦੀ, ਉਹਨੂੰ ਕੋਈ ਮੁਹਾਰਤ ਨਹੀਂ, ਅਸੀਂ ਕਿਉਂ ਬੁਲਾਵਾਂਗੇ ਉਹਨੂੰ, ਕਿਉਂ ਅਸੀਂ ਵਰਕ ਪਰਮਿਟ ਦੇਵਾਂਗੇ? ਇਹੀ ਹਾਲਾਤ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਦੇ ਵਿੱਚ ਬਣਦੇ ਜਾ ਰਹੇ ਨੇ। ਕਹਿੰਦੇ ਨੇ ਕਿ ਤੁਸੀਂ ਇਸ ਵਕਤ ਕਾਬਿਲ ਬਣੋ, ਇਸ ਵਕਤ ਤੁਹਾਨੂੰ ਜ਼ਰੂਰਤ ਹੈ ਅੱਛੇ ਨੰਬਰਾਂ ਦੀ, ਅੱਛੀ ਇੰਗਲਿਸ਼ ਦੀ, ਅੱਛੀ ਤੁਹਾਡੀ ਮੁਹਾਰਤ ਹੋਵੇ, ਅੱਛਾ ਐਕਸਪੀਰੀਅੰਸ ਹੋਵੇ, ਤੁਸੀਂ ਕਾਮਯਾਬ ਹੋ। ਥੋੜ੍ਹਾ ਜਿਹਾ ਦੁਬਾਰਾ ਆਉਂਦੇ ਜੀ ਸਟੂਡੈਂਟ ਵੀਜ਼ੇ ਦੇ ਉੱਪਰ। ਇਸ ਵਕਤ ਬਹੁਤ ਸਾਰੀਆਂ ਕੰਪਨੀਆਂ ਦਾ ਰਿਜ਼ਲਟ ਬਹੁਤ ਅੱਛਾ ਆ ਰਿਹਾ, ਬਹੁਤ ਸਾਰੀਆਂ ਦਾ ਠੀਕ ਠੀਕ ਆ ਰਿਹਾ, ਬਹੁਤ ਸਾਰੇ ਬੱਚੇ ਸਕਸੈਸ ਨਹੀਂ ਹੋ ਪਾ ਰਹੇ। ਐਕਚੁਅਲ ਸਥਿਤੀ ਕੀ ਹੈ ਐਸ ਐਸ ਵੀ ਐਫ ਤੋਂ ਬਾਅਦ, ਜੇ ਹੁਣ ਆਸਟ੍ਰੇਲੀਆ ਜਾਣਾ ਉਹਦੇ ਲਈ ਕੀ ਬੱਚਿਆਂ ਨੂੰ ਧਿਆਨ ਰੱਖਣਾ ਕਿ ਸਕਸੈਸ ਹੋ ਸਕੇ ਬੱਚਾ ਵੀਜ਼ਾਸ ਦੇ ਵਿੱਚ? ਦੇਖੋ ਜੀ, ਮੈਂ ਲਾਸਟ ਸ਼ੋਅ 'ਤੇ ਵੀ ਕਿਹਾ ਸੀਗਾ ਕਿ ਜਿਹੜੇ ਬੈਚਲਰਸ ਮਾਸਟਰਸ ਨੇ ਪਹਿਲਾਂ ਤਾਂ ਡਿਪਲੋਮਾ ਨਾ ਲਵੇ ਬੱਚਾ। ਇੱਕ ਦੇਖੋ, ਮੈਂ ਕਲੀਅਰ ਆ ਰਿਹਾ, ਫਿਗਰਸ ਦੇ ਵਿੱਚ ਆ ਰਿਹਾ, ਜਿਹੜਾ ਡਿਪਲੋਮਾ ਦਾ ਜਿਹੜਾ ਸਕਸੈਸ ਰੇਟ ਹੈ, ਵੀਜ਼ਾ ਸਕਸੈਸ ਰੇਟ ਹੈ, ਉਹ ਪਬਲਿਸ਼ਡ ਹੈ ਜੀ, ਵੈਬਸਾਈਟ 'ਤੇ ਪਬਲਿਸ਼ਡ ਹੈ ਇਹਨਾਂ ਦੀ, ਉਹ ਹੈਗਾ ਜੀ 36%। ਓਕੇ, ਸਿਰਫ 36% ਡਿਪਲੋਮਾ ਵਾਲਿਆਂ ਨੂੰ ਵੀਜ਼ਾ ਮਿਲ ਰਿਹਾ ਹੈਗਾ। ਅਤੇ ਜਿਹੜੇ ਹਾਇਰ ਐਜੂਕੇਸ਼ਨ ਜਿਹਨੂੰ ਬੈਚਲਰਸ ਮਾਸਟਰਸ ਕਹਿੰਦੇ ਆ, ਉਹਦਾ ਸਕਸੈਸ ਰੇਟ ਤਕਰੀਬਨ 90% ਓਕੇ ਆ ਰਿਹਾ ਹੈਗਾ, ਕਦੀ 87, 88, 89% ਇਸ ਤਰ੍ਹਾਂ ਵੇਰੀ ਕਰਦਾ ਰਹਿੰਦਾ। ਅਤੇ ਸਾਡਾ ਸਕਸੈਸ ਰੇਟ ਐਟ ਦਾ ਮੂਮੈਂਟ 100% ਚੱਲ ਰਿਹਾ, ਉਹਦਾ ਕਾਰਨ ਸਿਰਫ ਇਹੀ ਹੈ ਕਿ ਅਸੀਂ ਸਿਰਫ ਬੈਚਲਰਸ ਅਤੇ ਮਾਸਟਰ ਡਿਗਰੀ ਭੇਜ ਰਹੇ ਹਾਂ, ਇਸੇ ਕਰਕੇ ਸਕਸੈਸ ਰੇਟ ਮਿਲ ਰਿਹਾ। ਜੇ ਅਸੀਂ ਵੀ ਡਿਪਲੋਮਾ ਵੱਲ ਚਲੇ ਜਾਈਏ ਤਾਂ ਓਬਵੀਅਸਲੀ ਸਾਡਾ ਵੀ ਸਕਸੈਸ ਰੇਟ ਘਟੇਗਾ। ਅਤੇ ਕੋਈ ਐਸੀ ਵੀਜ਼ਾ ਡਿਕਲਾਈਨ ਜਾਂ ਐਸੀ ਕੋਈ ਗੱਲ ਨਹੀਂ ਹੈਗੀ, ਜੇ ਬੱਚੇ ਨੂੰ ਬੈਚਲਰਸ ਮਾਸਟਰ ਲਈ ਭੇਜੋਗੇ ਤਾਂ ਵੀਜ਼ਾ 100% ਆ ਰਿਹਾ। ਦੂਸਰੀ ਗੱਲ, ਲੋਕਾਂ ਨੂੰ ਬਹੁਤ ਹੈਗਾ ਜੀ ਫੀਸਾਂ ਬਹੁਤ ਜ਼ਿਆਦਾ ਹੈਗੀਆਂ, ਮੈਂ ਲਾਸਟ ਸ਼ੋਅ 'ਤੇ ਵੀ ਕਿਹਾ ਸੀਗਾ ਕਿ $14,000 ਤੋਂ ਫੀਸ ਸਟਾਰਟ ਹੋ ਰਹੀ ਹੈ ਜੀ ਬੈਚਲਰਸ ਦੀ ਸਾਲਾਨਾ। ਹਾਂਜੀ, ਸਾਲਾਨਾ। ਓਕੇ, $14,000 ਤੋਂ ਸਟਾਰਟ ਹੋ ਰਹੀ ਹੈ, ਅਤੇ ਸਕੋਲਰਸ਼ਿਪਸ ਕਈ ਯੂਨੀਵਰਸਿਟੀਆਂ ਇੰਨੀਆਂ ਹੈਵੀ ਸਕੋਲਰਸ਼ਿਪਸ ਦੇ ਰਹੀਆਂ ਕਿ ਸਕੋਲਰਸ਼ਿਪਸ ਤੋਂ ਬਾਅਦ ਕਈ ਯੂਨੀਵਰਸਿਟੀਆਂ ਦੀ ਮਾਸਟਰਸ ਡਿਗਰੀ ਦੀ ਜਿਹੜੀ ਆਈ ਟੀ ਦੀ ਫੀਸ ਹੈ ਉਹ ਵੀ $16,000 ਤੱਕ ਆ ਰਹੀ ਹੈ। ਓਕੇ, ਠੀਕ ਹੈ ਜੀ। ਕੋਈ 25 ਸਕੋਲਰਸ਼ਿਪ ਬੇਸਡ ਔਨ ਪਰਸੈਂਟੇਜ ਹੋਏਗਾ ਜਾਂ ਕੁਝ ਹੋਰ? ਨਹੀਂ, ਬੇਸਡ ਔਨ ਓਬਵੀਅਸਲੀ ਪਰਸੈਂਟੇਜ ਦੀ ਹੋਏਗਾ, ਪਰਸੈਂਟੇਜ। ਹਾਂ, ਜਿਹੜੇ ਪਲੱਸ ਟੂ ਦੇ ਵਿੱਚ ਬੱਚੇ ਨੇ, ਕਈਆਂ ਨੂੰ 60 'ਤੇ ਮਿਲ ਰਹੀ ਹੈ, 65 'ਤੇ ਮਿਲ ਰਹੀ ਹੈ, ਕਈ 75% ਮੰਗ ਰਹੇ ਨੇ, ਅਤੇ ਜਿਹੜੇ ਡਿਗਰੀ ਹੋਲਡਰਸ ਨੇ ਉਹਨਾਂ ਨੂੰ 65% 'ਤੇ, 70% 'ਤੇ ਅਕੋਰਡਿੰਗ ਟੂ ਯੂਨੀਵਰਸਿਟੀ ਉਹਨਾਂ ਨੂੰ ਸਕੋਲਰਸ਼ਿਪ ਮਿਲ ਰਹੀ ਹੈ। ਕਈ ਯੂਨੀਵਰਸਿਟੀਆਂ ਤੁਹਾਡੇ ਆਈਲੈਟਸ ਦੇ ਰਿਜ਼ਲਟ ਦੇ ਉੱਤੇ ਜਾਂ ਪੀ ਟੀ ਦੇ ਰਿਜ਼ਲਟ ਦੇ ਉੱਤੇ ਵੀ ਸਕੋਲਰਸ਼ਿਪ ਤੁਹਾਨੂੰ ਅਵਾਰਡ ਕਰ ਰਹੀਆਂ। ਅੱਛਾ, ਕਿਰਨਦੀਪ ਜੀ, ਇੱਕ ਚੀਜ਼ ਦੱਸੋ ਕਿ ਮੰਨ ਲਓ ਫੋਰ ਐਗਜ਼ਾਮਪਲ ਬੱਚੇ ਨੇ ਡਿਪਲੋਮਾ ਨਹੀਂ ਲਿਆ, ਡਿਗਰੀ ਲੈ ਲਈ, ਹਾਂਜੀ, ਫਿਰ ਵੀ ਰਿਜ਼ਲਟ ਨੈਗੇਟਿਵ ਆ ਜਾਂਦਾ,
ਉਹਨਾਂ ਹਾਲਾਤਾਂ 'ਚ ਕੀ ਹੋਏਗਾ ਕਿ ਦੁਬਾਰਾ ਬੱਚੇ ਨੂੰ ਐਡਮਿਸ਼ਨ ਮਿਲੇਗੀ, ਦੁਬਾਰਾ ਅਪਲਾਈ ਕਰ ਪਾਏਗਾ, ਦੁਬਾਰਾ ਸਕਸੈਸ ਹੋਏਗਾ? ਪਹਿਲਾਂ ਤਾਂ ਦੇਖਣਾ ਪਵੇਗਾ ਜੀ ਉਹ ਡਿਕਲਾਈਨ ਆਇਆ ਕਿਉਂ ਹੈਗਾ ਬੇਸਿਕਲੀ, ਠੀਕ ਹੈ। ਸਭ ਤੋਂ ਵੱਡੀ ਗੱਲ ਹੈ ਕਿ ਇਹ ਡਿਕਲਾਈਨ ਪਿੱਛੇ ਹੀ ਮੇਰੇ ਕੋਲ ਇੱਕ ਲੜਕੀ ਆਈ ਸੀਗੀ ਜੀ, ਅਤੇ ਇਨਫੈਕਟ ਤੁਸੀਂ ਮੰਨੋਗੇ ਨਹੀਂ, ਮੈਂ ਤਕਰੀਬਨ 1.5 ਸਾਲ ਦੇ ਵਿੱਚ ਪਹਿਲੀ ਡਿਕਲਾਈਨ ਦੇਖੀ। ਉਹ ਕਹਿੰਦੀ ਮੈਂ ਆਸਟ੍ਰੇਲੀਆ ਤੋਂ ਡਿਕਲਾਈਨ ਹਾਂ, ਅਤੇ ਮੈਂ ਆਟੋਮੈਟਿਕਲੀ ਮੂੰਹ 'ਚੋਂ ਕਹਿਤਾ, ਮੈਂ ਕਿਹਾ ਡਿਪਲੋਮਾ ਲਿਆ ਹੋਣਾ। ਕਹਿੰਦੇ ਨਹੀਂ ਜੀ, ਡਿਪਲੋਮਾ ਨਹੀਂ, ਡਿਗਰੀ ਲਈ ਹੋਈ ਹੈ। ਅਤੇ ਮੈਂ ਹੈਰਾਨ ਹੋ ਗਿਆ, ਮੈਂ ਕਿਹਾ ਜੀ ਮੈਨੂੰ ਡਿਕਲਾਈਨ ਲੈਟਰ ਦਿਖਾਓ। ਉਹਦੇ ਵਿੱਚ ਲਿਖਿਆ ਹੋਇਆ ਸੀਗਾ ਕਿ ਪਹਿਲਾਂ ਉਹਨਾਂ ਨੇ ਡਿਪਲੋਮਾ ਕਰਨਾ 2 ਸਾਲਾਂ ਦਾ, ਅਤੇ ਉਸ ਤੋਂ ਬਾਅਦ 1.5 ਸਾਲ ਦੀ ਡਿਗਰੀ ਕਰਨੀ ਹੈ। ਫਿਰ ਮੈਂ ਉਹਨਾਂ ਨੂੰ ਆਪਣੇ ਅਕੈਡਮਿਕ ਕੱਢਣ ਨੂੰ ਦਿਖਾਏ, ਅਤੇ ਉਹ ਅਕੈਡਮਿਕ ਦੇਖਿਆ ਜੀ 10ਵੀਂ ਅਤੇ 12ਵੀਂ 'ਚ ਦੋਨਾਂ 'ਚ 50-55 ਦੇ ਰੇਂਜ ਦੇ ਵਿੱਚ ਨੰਬਰ ਸੀਗੇ। ਅਤੇ ਮੈਂ ਹੈਰਾਨ ਹੋ ਗਿਆ ਕਿਉਂਕਿ ਅੱਜ ਕੱਲ੍ਹ ਸਾਰੀ ਦੁਨੀਆ ਨੂੰ ਪਤਾ ਜੀ ਕਿ 60% ਤੋਂ ਥੱਲੇ ਬਿਲਕੁਲ ਡਿਗਰੀ ਬਿਲਕੁਲ 65% ਪੰਜਾਬ ਬੋਰਡ ਤੋਂ ਘੱਟ ਐਡਮਿਸ਼ਨ ਨਹੀਂ ਹੁੰਦੀ। ਅਤੇ ਮੈਂ ਕਿਹਾ ਯਾਰ ਤੁਹਾਡੀ ਐਡਮਿਸ਼ਨ ਹੋ ਕਿਵੇਂ ਗਈ? ਉਹ ਬਸ ਉਹ ਕੋਈ ਪ੍ਰਾਈਵੇਟ ਇੰਸਟੀਟਿਊਸ਼ਨ ਡਿਗਰੀ ਅਵਾਰਡ ਕਰਨ ਵਾਲਾ ਸੀਗਾ, ਆਈ ਡੋਂਟ ਨੋ ਕਿਵੇਂ ਉਹਨਾਂ ਨੇ ਮੈਨੀਪੂਲੇਟ ਕਰਕੇ ਐਡਮਿਸ਼ਨ ਲਈ, ਤਾਂ ਰਿਜ਼ਲਟ ਉਹਨਾਂ ਦੇ ਸਾਹਮਣੇ ਆ ਹੀ ਗਿਆ। ਅਤੇ ਉਹਨਾਂ ਨੂੰ ਪਤਾ ਵੀ ਸੀ ਖੁਦ ਕਿ ਇਹ ਡਿਕਲਾਈਨ ਕਿਉਂ ਆਈ ਹੈ ਮੇਰੇ ਨੰਬਰਾਂ ਕਰਕੇ। ਕਹਿੰਦੇ ਅਸੀਂ ਘੱਟੋ ਘੱਟ 25 ਕੰਸਲਟੈਂਟ ਕੋਲ ਗਏ, 24 ਨੇ ਨਾ ਕੀਤੀ, 1 ਨੇ ਹਾਂ ਕੀਤੀ, ਅਸੀਂ ਉਹਦੇ ਵੱਲ ਹੋ ਗਏ ਅਤੇ ਰਿਜ਼ਲਟ ਸਾਹਮਣੇ ਹੈ ਜੀ। ਅਤੇ ਪਹਿਲੀ ਗੱਲ ਤਾਂ ਉਹੀ ਹੈ, ਰਿਜ਼ਲਟ ਦੇਖਣਾ ਪਏਗਾ ਵੀ ਕਿਉਂ ਡਿਕਲਾਈਨ ਹੋਇਆ। ਜੇ ਤਾਂ ਨੰਬਰਾਂ ਕਰਕੇ ਹੋਇਆ ਫਿਰ ਤਾਂ ਕੋਈ ਇਲਾਜ ਨਹੀਂ ਜੀ। ਜੇ ਕੋਈ ਹੋਰ ਰੀਜ਼ਨ ਹੈਗਾ, ਜੇ ਦੇਖੀਏ ਵੀ ਹਾਂ ਆਪਾਂ ਫਾਈਟ ਕਰ ਸਕਦੇ ਹਾਂ, ਤਾਂ ਡੈਫੀਨੇਟਲੀ ਰੀਅਪਲਾਈ ਹੋ ਸਕਦਾ ਜੀ। ਇਸ ਤੋਂ ਇਲਾਵਾ ਤੁਸੀਂ ਕੀ ਦੇਖਦੇ ਹੋ ਕਿ ਕਿਹੜਾ ਕਾਰਨ ਹੋ ਸਕਦਾ ਜਿਹੜਾ ਬੱਚੇ ਨੂੰ ਨਹੀਂ ਪਤਾ ਲੱਗਦਾ? ਫੋਰ ਐਗਜ਼ਾਮਪਲ ਤੁਹਾਡੇ ਕੋਲ ਆਇਆ, ਉਹਨੂੰ ਨਹੀਂ ਪਤਾ ਸੀ ਕਿ 50% ਨਾਲ ਐਡਮਿਸ਼ਨ ਹੁੰਦੀ ਹੈ ਨਹੀਂ ਹੁੰਦੀ, ਤਾਂ ਕੰਸਲਟੈਂਟ ਦਾ ਫਰਜ਼ ਹੈ। ਹਾਂਜੀ, ਬੱਚਾ ਮਤਲਬ ਕੀ ਅਸੈਸ ਕਰੇ ਆਪਣੇ ਪ੍ਰੋਫਾਈਲ ਦੇ ਵਿੱਚ? ਦੇਖੋ ਜੀ, ਅਸੈਸਮੈਂਟ ਸਿੱਧੀ ਜੀ ਗੱਲ ਹੈ, ਇੱਕ ਬੱਚੇ ਦੀ ਹੋਰ ਐਗਜ਼ਾਮਪਲ ਮੈਂ ਦਿੰਦਾ ਸੱਚ, ਉਹ ਵੀ ਆਸਟ੍ਰੇਲੀਆ ਤੋਂ ਡਿਕਲਾਈਨ ਹੋਇਆ। ਕੁੜੀ ਦੇ ਜੀ 95% ਨੰਬਰ ਨਹੀਂ ਸੀ ਪਲੱਸ ਟੂ ਦੇ ਵਿੱਚ, 95% ਮਾਰਕਸ, ਬੈਂਡ ਉਹਦੇ 6.5, ਅਤੇ ਮੈਡੀਕਲ ਉਹਨੇ ਲਿਆ ਹੋਇਆ ਸੀਗਾ ਜੀ ਲੜਕੀ ਨੇ, ਅਤੇ ਉਹਨੂੰ ਕੋਰਸ ਕਿਹੜਾ ਪਾਇਆ ਹੋਇਆ ਜੀ? ਬੈਚਲਰ ਆਫ ਹੋਟਲ ਮੈਨੇਜਮੈਂਟ, ਠੀਕ ਹੈ ਨਾ ਜੀ। ਉਹ ਆਟੋਮੈਟਿਕਲੀ ਡਿਕਲਾਈਨ, ਉਹਦਾ ਕਾਰਨ ਇਹ ਹੈ ਕਿ ਇਹ ਮੈਡੀਕਲ ਦੇ ਵਿੱਚ ਲੜਕੀ ਫਸਟ ਆ ਰਹੀ ਹੈ ਸਕੂਲ ਦੇ ਵਿੱਚ, ਅਤੇ ਉਹਨੂੰ ਹੋਟਲ ਮੈਨੇਜ ਆਰਟਸ ਵਾਲੇ ਕੋਰਸ ਦੇ ਵਿੱਚ ਕਿਉਂ ਪਾਇਆ ਜਾ ਰਿਹਾ? ਚਾਹੇ ਜਿਹੋ ਜਿਹੀ ਮਰਜ਼ੀ ਸਟੇਟਮੈਂਟ ਆਫ ਪਰਪਸ ਬਣਾ ਦੇ, ਹਾਂ ਵੀਕ ਸਟੂਡੈਂਟ ਹੁੰਦਾ ਜੀ, ਮੈਂ ਮੈਡੀਕਲ ਲਈ ਸੀ, ਮੇਰੇ ਤਾਂ ਜੀ 60% ਮਸਾਂ ਹੀ ਖਿੱਚ ਤੁਕ ਆਏ ਆ, ਤਾਂ ਉਹ ਤਾਂ ਲਿਖ ਸਕਦਾ। ਜਦੋਂ ਐਸਓਪੀ ਲਿਖ ਦੇਗਾ, ਲੜਕੀ 95% ਲੈ ਕੇ ਜੇ ਹੋਟਲ ਮੈਨੇਜਮੈਂਟ ਦਾ ਕੋਰਸ ਕਰੇਗੀ ਤਾਂ ਆਟੋਮੈਟਿਕਲੀ ਲਾਣੀ ਹੈ। ਬੱਚੇ ਨੇ ਲਿਆ ਕੋਰਸ, ਚੂਜ਼ ਕੀਤਾ ਜਾਂ ਉਹਦੇ ਕੰਸਲਟੈਂਟ? ਬੇਸਿਕਲੀ ਮੈਂ ਫਿਰ ਉਹਨਾਂ ਨੂੰ ਅੰਦਰੋਂ ਖਰੀਦਿਆ ਵੀ ਤੁਸੀਂ ਇਹ ਕਿਉਂ ਕੀਤਾ ਹੈਗਾ, ਤਾਂ ਸਾਰੀ ਜਿਹੜੀ ਗੱਲ ਆਈ ਹੈ ਜੀ, ਕੰਸਲਟੈਂਟ ਨਹੀਂ ਫੰਡ ਸ਼ੋਅ ਕੀਤਾ ਜੀ, ਕੰਸਲਟੈਂਟ ਨਹੀਂ ਸਾਰਾ ਕੁਝ ਕੀਤਾ। ਅਤੇ ਮੈਂ ਫਿਰ ਉਹਨਾਂ ਨੂੰ ਕੰਸਲਟੈਂਟ ਦੀ ਗਲਤੀ ਨਹੀਂ ਕਿਹਾ, ਮੈਂ ਕਿਹਾ ਗਲਤੀ ਤੁਹਾਡੀ ਹੈ, ਤੁਸੀਂ ਉਹਨਾਂ ਦੇ ਕੋਲ ਗਏ, ਉਹ ਸਾਡੇ ਕੋਲ ਕਿਉਂ ਆਏ? ਉਹਨਾਂ ਦੇ ਅਸੀਂ ਆਲਰੇਡੀ 3-4 ਬੱਚੇ ਪਹਿਲਾਂ ਭੇਜੇ ਹੋਏ ਸੀਗੇ, ਅਤੇ ਮੈਂ ਕਿਹਾ ਜੀ ਪਹਿਲਾਂ ਕਿਉਂ ਨਹੀਂ ਸਾਡੇ ਕੋਲ ਆਏ? ਕਹਿੰਦੇ ਤੁਸੀਂ ਫੰਡ ਨਹੀਂ ਸ਼ੋਅ ਕਰਦੇ, ਅਤੇ ਮੈਂ ਕਿਹਾ ਜੀ ਹੁਣ ਤੁਸੀਂ ਰਿਜ਼ਲਟ ਤੁਸੀਂ ਦੇਖ ਲਿਆ ਹੈਗਾ, ਤੁਸੀਂ ਹਮੇਸ਼ਾ ਵਾਸਤੇ, ਮੈਂ ਕਿਹਾ ਜੀ ਤੁਸੀਂ ਆਸਟ੍ਰੇਲੀਆ ਆਪਣਾ ਬੂਹਾ ਬੰਦ ਕਰਵਾ ਲਿਆ ਹੈ, ਅਤੇ 3 ਮਹੀਨੇ ਫੰਡ ਪੁਰਾਣੇ ਸ਼ੋਅ ਕਰਨੇ ਹੁੰਦੇ ਆ ਜੀ, ਤੁਸੀਂ ਅੱਜ ਬੱਚੇ ਨੂੰ ਭੇਜਣਾ, ਅੱਜ ਬੈਂਕ ਦੇ ਵਿੱਚ ਪੈਸੇ ਪਵਾ ਦਿਉ, ਅਤੇ 3 ਮਹੀਨੇ ਦਾ ਪਤਾ ਵੀ ਨਹੀਂ ਲੱਗਦਾ ਜੀ ਕਦੋਂ ਪੁਰਾਣੇ ਹੋ ਗਏ। ਹਾਂਜੀ ਹਾਂਜੀ। ਦੂਸਰੀ ਸਭ ਤੋਂ ਵੱਡੀ ਗੱਲ, ਜੇ ਤੁਸੀਂ 1 ਸਾਲ ਦੀ ਫੀਸ ਐਡਵਾਂਸ ਦੇ ਦਿਓ ਤਾਂ ਸਿਰਫ 12-12.5 ਲੱਖ ਰੁਪਏ ਫੰਡ ਸ਼ੋਅ ਕਰਨੇ ਪੈਂਦੇ, ਜੋ ਕੁਛ ਵੀ ਨਹੀਂ ਹੁੰਦੇ। ਅੱਛਾ ਜੀ, ਐਡਵਾਂਸ ਦੇ ਦਿਓ? ਹਾਂ, 1 ਸਾਲ ਦੀ ਫੀਸ ਐਡਵਾਂਸ ਦੇ ਦਿੱਤੀ ਜੀ, ਸਿਰਫ ਲਿਵਿੰਗ ਐਕਸਪੈਂਸਿਸ 'ਤੇ ਆਉਣ ਜਾਂਦਾ ਜਿਹੜਾ ਏਅਰਫੇਅਰ ਸ਼ੋਅ ਕਰਨਾ ਹੁੰਦਾ ਉਹ ਤਕਰੀਬਨ $22,000 ਪੈਂਦਾ ਜੀ। $22,000 ਅੱਜ ਦੀ ਡੇਟ 'ਚ 11-11.5 ਬੰਦਾ ਸੀ ਸੇਫ ਸਾਈਡ 'ਤੇ ਚੱਲਦਾ ਜੀ, 12-12.5 ਸ਼ੋਅ ਕਰਕੇ ਬੱਚਾ ਜਾ ਸਕਦਾ ਜੀ। ਸੋ ਇਹ ਸੀਗੇ ਆਸਟ੍ਰੇਲੀਆ ਦੀਆਂ ਗੱਲਾਂ, ਹੁਣ ਗੱਲ ਅਸੀਂ ਕਰਾਂਗੇ ਜੀ ਕੈਨੇਡਾ ਵਾਸਤੇ। ਕੈਨੇਡਾ ਵਾਸਤੇ ਸਪੈਸ਼ਲੀ ਸੈਪਟੈਂਬਰ ਇਨਟੇਕ 'ਚ ਜਾਣ ਵਾਲੇ ਬੱਚੇ ਜਿਹੜੇ ਨੇ ਉਹ ਬੜੇ ਚਿੰਤਤ ਨੇ ਕਿ ਜੀ ਮਈ ਜੂਨ ਤੋਂ ਬਾਅਦ ਸੀਟਸ ਜਿਹੜੀਆਂ ਔਖੀਆਂ ਮਿਲਣਗੀਆਂ। ਕੰਡੀਸ਼ਨਲ ਆਫਰ ਲੈਟਰ ਲੈ ਕੇ ਫਾਇਦਾ ਹੈਗਾ ਜੀ, ਆਪਣੀਆਂ ਸ਼ਰਤਾਂ ਪੂਰੀਆਂ ਕਰਕੇ ਹੀ ਦਾਖਲਾ ਲਵੇ? ਨਹੀਂ ਜੀ, ਕੰਡੀਸ਼ਨਲ ਆਫਰ ਲੈਟਰ ਲੈਣ ਦਾ ਬਿਲਕੁਲ ਫਾਇਦਾ ਜੀ, ਔਰ ਅਸੀਂ ਸਾਰੇ ਬੱਚਿਆਂ ਨੂੰ ਕਹਿ ਰਹੇ ਹਾਂ ਕਿ ਤੁਸੀਂ ਕੰਡੀਸ਼ਨਲ ਆਫਰ ਲੈਟਰ ਜਲਦੀ ਤੋਂ ਜਲਦੀ ਅਪਲਾਈ ਕਰੋ, ਕਿਉਂਕਿ ਜਿਹੜੀ ਲਾਸਟ ਡੇਟ, ਆਲਮੋਸਟ ਜਿਹੜੀ ਲਾਸਟ ਡੇਟ ਹੈ ਆਲਮੋਸਟ ਹਰ ਕਾਲਜ ਦੀ 15 ਮਈ ਹੈ ਜੀ ਐਡਮਿਸ਼ਨ ਦੀ, ਅਤੇ 15 ਮਈ ਬਹੁਤ ਹੀ ਨੇੜੇ ਹੈ ਜੀ। ਅਤੇ ਜੇ 15 ਮਈ ਤੋਂ ਬਾਅਦ ਕਰਾਂਗੇ ਤਾਂ ਸਪਟੈਂਬਰ ਇਨਟੇਕ ਆਪਾਂ ਨੂੰ ਨਹੀਂ ਮਿਲ ਪਾਇਆ। ਦੂਸਰੀ ਗੱਲ, ਬੱਚਿਆਂ ਨੂੰ ਇਹੀ ਕਹਿ ਰਹੇ ਹਾਂ ਕਿ ਸਾਰੇ ਪੇਰੈਂਟਸ ਨੂੰ ਮੈਂ ਇਹ ਕਹੂੰਗਾ ਕਿ ਬੱਚਿਆਂ ਦੇ ਵੀ ਪੈਨ ਕਾਰਡ ਅਪਲਾਈ ਕਰ ਦਿਓ, ਕਿਉਂਕਿ ਤੁਹਾਨੂੰ ਪਤਾ ਜਿਹੜੀ GIC ਹੈ ਫੀਸ ਹੈ ਉਹ ਪ੍ਰੈਫਰੇਬਲੀ ਬੱਚੇ ਦੇ ਅਕਾਊਂਟ 'ਚੋਂ ਹੀ ਜਾਣੀ ਚਾਹੀਦੀ ਹੈ, ਅਤੇ ਕਈ ਵਾਰ ਇੰਨੀ ਹੈਵੀ ਜਿਹੜੀ ਅਮਾਊਂਟ ਹੈਗੀ ਹੈ ਵਿਦਆਊਟ ਪੈਨ ਕਾਰਡ ਨਹੀਂ ਜਾਣੀ ਹੈਗੀ ਆਪਣੀ। ਅਤੇ ਆਇਲਟਸ ਦੀਆਂ ਸੀਟਾਂ ਆਪਣੀਆਂ ਬੁੱਕ ਕਰਾ ਲੈਣ। PT ਦੇ ਵਿੱਚ ਕੁਛ ਇਹ ਆਇਆ ਜੀ, ਮਈ ਇਨਟੇਕ ਦੇ ਵਿੱਚ ਤਾਂ PT ਐਕਸੈਪਟ ਕਰ ਰਹੇ ਸੀਗੇ ਕਾਫੀ ਕਾਲਜਿਸ, ਪਰ ਹੁਣ ਕਾਫੀ ਕਾਲਜਿਸ ਤੋਂ ਸਾਨੂੰ ਮੇਲ ਆਈ ਹੈ ਕਿ ਉਹਨਾਂ ਨੇ ਹਾਈ ਕਮਿਸ਼ਨ ਨੂੰ ਮੇਲ ਕੀਤੀ ਹੈ ਕਿ PT ਤੁਸੀਂ ਐਕਸੈਪਟ ਕਰੋ। ਮੈਂ ਇੱਕ ਚੀਜ਼ ਤੁਹਾਡੇ ਤੋਂ ਪੁੱਛਣੀ ਚਾਹ ਰਿਹਾ, ਤੁਸੀਂ ਜੁੜੇ ਹੋਏ ਹੋ ਕੈਨੇਡਾ ਦੇ ਨਾਲ ਬੜੇ ਪੁਰਾਣੇ, PT ਵਾਸਤੇ ਕੋਈ ਸਪੈਸ਼ਲ ਜਾਂ ਖਾਸ ਅਨਾਊਂਸਮੈਂਟ ਜਾਂ ਕੋਈ ਵੈਬਸਾਈਟ 'ਤੇ ਨਹੀਂ ਆਉਂਦਾ? ਇੱਕ ਤੁੱਕਾ ਜਿਹਨੂੰ ਮੈਂ ਕਹੂੰਗਾ, ਪਹਿਲਾਂ 9 ਕਾਲਜ ਆਏ ਸੀਗੇ ਜਾਂ 6 ਜਾਂ 9 ਕਾਲਜ, ਉਸ ਤੋਂ ਬਾਅਦ ਕੋਈ ਖਾਸ ਖਬਰ ਜਿਹੜੀ ਹੈ ਮਤਲਬ
ਜਿਹਨੂੰ ਕਹਿੰਦੇ ਅਥੈਂਟਿਸਿਟੀ ਨਹੀਂ ਆਈ। ਬਹੁਤ ਸਾਰੇ ਕੰਸਲਟੈਂਟ ਨੇ ਭਰਾਵਾਂ ਨੇ ਵਿਚਾਰਿਆਂ ਨੇ ਉਹ ਫੜੇ, ਕੇਸ ਫੜੇ ਅਤੇ ਅੰਬੈਸੀ 'ਚ ਪਾ ਤੇ ਰਿਫਿਊਜ਼ ਹੋ ਕੇ ਆ ਗਏ। ਜਾਂ ਇਹ ਕਹਿ ਲਓ ਕਿ ਕਈਆਂ ਨੇ ਜਵਾਬ ਹੀ ਨਹੀਂ ਦਿੱਤਾ ਕਾਲਜਾਂ ਨੇ ਕਿ ਅਸੀਂ ਪੀਟੀ ਐਕਸੈਪਟ ਕਰਾਂਗੇ ਨਹੀਂ ਕਰਾਂਗੇ, ਕੋਈ ਪੋਲਿਸੀ ਕਲੀਅਰ ਨਹੀਂ ਹੈ। ਨਹੀਂ, ਇਹ ਨਾ ਜੀ ਇੰਟਰਨਲ ਕਮਿਊਨੀਕੇਸ਼ਨ ਹੁੰਦੀ ਹੈ ਜੀ ਆਪਸ 'ਚ, ਜਿਹੜੀ ਇਹ ਹਾਈ ਕਮਿਸ਼ਨ ਨਾ ਇੰਟਰਨਲੀ ਆਪਣੇ ਕਾਲਜਾਂ ਨੂੰ ਦੱਸਦਾ ਕਿ ਅਸੀਂ ਐਕਸੈਪਟ ਕਰ ਰਹੇ ਹਾਂ ਜਾਂ ਨਹੀਂ ਕਰ ਰਹੇ ਹੈਗੇ, ਠੀਕ ਹੈ ਨਾ। ਕਈ ਵਾਰ ਕਈ ਚੀਜ਼ਾਂ ਪਬਲਿਕ ਡੋਮੇਨ 'ਤੇ ਨਹੀਂ ਆਉਂਦੀਆਂ ਹੈਗੀਆਂ, ਅਤੇ ਉਹ ਕਾਲਜਿਸ ਨੇ ਹੀ ਸਾਨੂੰ ਦੱਸਿਆ ਸੀ ਕਿ ਸਾਨੂੰ ਹਾਈ ਕਮਿਸ਼ਨ ਨੇ ਮੇਲ ਕੀਤੀ ਕਿ ਅਸੀਂ ਐਕਸੈਪਟ ਕਰ ਰਹੇ ਹਾਂ। ਅਤੇ ਹੁਣ ਕਾਲਜਿਸ ਦੀ ਈਮੇਲ ਆ ਰਹੀ ਕਿ ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਸਪਟੈਂਬਰ ਵਾਸਤੇ ਇਹਨੂੰ ਐਕਸੈਪਟ ਕਰੋਗੇ ਕਿ ਨਹੀਂ ਕਰੋਗੇ, ਹਾਲੇ ਤੱਕ ਅੰਬੈਸੀ ਤੋਂ ਕੋਈ ਜਵਾਬ ਨਹੀਂ ਆਇਆ ਹੈਗਾ। ਅਤੇ ਬਟ ਇਹਨਾਂ ਨੇ ਇਹ ਵੀ ਅੰਬੈਸੀ ਨੇ ਇਹ ਵੀ ਨਹੀਂ ਕਿਹਾ ਕਿ ਅਸੀਂ ਨਹੀਂ ਕਰਾਂਗੇ ਕਰਾਂਗੇ, ਵਿੱਚ ਵਿਚਾਲੇ ਬੱਚਾ ਫਸ ਗਿਆ। ਬਸ ਬਸ, ਸੋ ਕਈ ਕਾਲਜਿਸ ਆਪਣਾ ਸੇਫ ਸਾਈਡ ਲੈਣ ਵਾਸਤੇ ਉਹਨੂੰ ਐਕਸੈਪਟ ਕਰਨਾ ਬੰਦ ਕਰ ਰਹੇ ਨੇ, ਬਟ ਹਾਲੇ ਵੀ ਕਈ ਕਾਲਜਿਸ ਨੇ ਜਿਹੜੇ ਕਿ ਇਹਨੂੰ ਐਕਸੈਪਟ ਕਰ ਰਹੇ ਨੇ। ਐਂਡ ਇਨਫੈਕਟ ਯੂਨੀਵਰਸਿਟੀਜ਼ ਨੇ ਜਿਹੜੀਆਂ, ਦੋ ਅਲੱਗ ਅਲੱਗ ਪੈਟਰਨ ਨੇ, ਯੂਨੀਵਰਸਿਟੀ ਦਾ ਐਕਸੈਪਟ ਕਰਨਾ ਅਤੇ ਅੰਬੈਸੀ ਦਾ, ਕੀ ਕਰੇ ਬੱਚਾ? ਦੇਖੋ ਜੀ, ਜੇ ਕਾਲਜ ਨੇ ਐਕਸੈਪਟ ਕਰ ਲਿਆ ਕਿ ਵੀਜ਼ਾ ਆਇਆ, ਦੇਖੋ ਇਸ ਤਰ੍ਹਾਂ ਦੀ ਮੈਂ ਅੱਜ ਤੱਕ ਕੋਈ ਡਿਕਲਾਈਨ ਨਹੀਂ ਦੇਖੀ ਕਿ ਜੇ ਕਾਲਜ ਨੇ ਐਕਸੈਪਟ ਕਰ ਲਿਆ, ਸਪੈਸ਼ਲੀ ਜਿਹੜੇ SPP ਕਾਲਜਿਸ ਨੇ ਜਾਂ ਜਿਹੜੇ ਯੂਨੀਵਰਸਿਟੀਆਂ ਨੇ, ਅਤੇ ਜੇ ਉਹਨਾਂ ਨੇ ਐਕਸੈਪਟ ਕਰ ਲਿਆ ਅਤੇ ਬੱਚੇ ਦੇ ਅਕੈਡਮਿਕ ਠੀਕ ਨੇ, PT ਦਾ ਸਕੋਰ ਠੀਕ ਹੈ, ਅਤੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਵੀਜ਼ਾ ਨਹੀਂ ਮਿਲਦਾ ਹੈਗਾ। ਬਟ ਇਹ ਹੈ ਕਿ ਜੇ ਆਪਣੇ ਸਕੋਰ ਵੀ ਘੱਟ ਹੈਗਾ PT ਦਾ, ਜੇ ਨੰਬਰ ਵੀ ਘੱਟ ਹੈਗੇ ਆ, ਤਾਂ ਫਿਰ ਉਹ ਕਸੂਰ ਕਿਸੇ ਚੀਜ਼ ਦਾ ਹੁੰਦਾ ਅਤੇ ਕੱਢਿਆ ਕਿਸੇ ਹੋਰ ਦਾ ਜਾਂਦਾ ਹੈਗਾ। ਬਟ ਉਹ ਪੋਲਿਸੀ ਜਿਹੜੀ ਹੈਗੀ, ਯੂਨੀਫਾਰਮ ਪੋਲਿਸੀ ਹੈਗੀ ਹੈ, ਯੂਨੀਵਰਸਿਟੀਆਂ ਐਕਸੈਪਟ ਕਰ ਰਹੀਆਂ, ਕਈ ਯੂਨੀਵਰਸਿਟੀਆਂ ਐਕਸੈਪਟ ਕਰ ਰਹੀਆਂ। ਇਨਫੈਕਟ ਕਈ ਕਾਲਜਿਸ ਜਿਹੜੇ ਡਿਗਰੀ ਪ੍ਰੋਵਾਈਡ ਕਰ ਰਹੇ ਨੇ ਉਹ ਵੀ PT ਨੂੰ ਐਕਸੈਪਟ ਕਰ ਰਹੇ ਹੈਗੇ, ਬਟ ਉਹਨਾਂ ਦੀ ਤਾਦਾਦ ਜ਼ਿਆਦਾ ਨਹੀਂ ਹੈਗੀ। ਮੈਂ ਕਹਾਂਗਾ ਹੁਣ 40 ਤੋਂ ਉੱਤੇ SPP ਕਾਲਜਿਸ ਨੇ, ਯੂਨੀਵਰਸਿਟੀਜ਼ ਕਾਫੀ ਨੇ, ਬੜੀਆਂ ਗਿਣੀਆਂ ਚੁਣੀਆਂ ਜਿਹੜੀ ਯੂਨੀਵਰਸਿਟੀਆਂ ਅਤੇ ਕਾਲਜ ਨੂੰ ਐਕਸੈਪਟ ਕਰ ਰਹੇ ਨੇ ਜੀ। ਬਹੁਤ ਸਾਰੇ ਬੱਚੇ ESL ਦੇ ਗਏ ਸੀਗੇ, ਉਹਨਾਂ ਦੀ ਕੋਈ ਫੀਡਬੈਕ ਆਈ ਹੈ? ਕਾਮਯਾਬ ਨੇ ਬੱਚੇ, ਜਾਣਾ ਚਾਹੀਦਾ ESL 'ਤੇ ਜਾਂ ਨਹੀਂ ਜਾਣਾ ਚਾਹੀਦਾ? ਦੇਖੋ ਜੀ, ESL ਮੈਂ ਤਾਂ ਨਹੀਂ ਐਕਸੈਪਟ ਕਰਦਾ ਜੀ, ਨਾ ਮੈਂ ਕਿਸੇ ਨੂੰ ਲਗਾਉਂਦਾ। ਮੈਂ ਲਾਸਟ ਟਾਈਮ ਵੀ ਕਿਹਾ ਸੀ, ਇਹਦਾ ਜਿਹੜਾ ਸਕਸੈਸ ਰੇਟ ਹੈ 2-5% ਹੈ ਜੀ। ਓਕੇ, ਠੀਕ ਹੈ ਜੀ। ਹੁਣ ਮੈਂ ਇਹ ਨਹੀਂ ਕਹਿੰਦਾ ਕਿ ਇਹ ਹੋਣਾ ਹੀ ਨਹੀਂ ਹੈਗਾ, ਠੀਕ ਹੈ ਨਾ ਜੀ। ਜੇ ਤੁਸੀਂ 100 ਕੇਸ ਕਰੋਗੇ ਤਾਂ 5 ਵੀਜ਼ੇ ਆ ਜਾਣਗੇ, ਉਹੀ ਦਿਖਾ ਦਿਓ, ਉਹਨਾਂ ਨੂੰ 5 ਵੀਜ਼ੇ ਨੂੰ ਦਿਖਾ ਕੇ ਅਗਲੇ 100 ਲੈ ਲਓਗੇ, ਫਿਰ 5 ਲੈ ਲਓ, ਫਿਰ ਦਿਖਾ ਲਓ, ਠੀਕ ਹੈ ਜੀ। ਹਾਂ, ਬਟ ਮੈਂ ਤੁਹਾਨੂੰ ਕਹਾਂਗਾ ਕਈ ਕਾਲਜਿਸ ਐਸੇ ਨੇ ਕਿ ਜਿਹੜੇ ਓਵਰਆਲ 6 ਬੈਂਡ ਆਏ ਹੋਏ ਨੇ, ਇੱਕ ਅੱਧੇ 'ਚ ਘੱਟ ਆ ਜਾਂਦਾ। ਫੋਰ ਐਗਜ਼ਾਮਪਲ 5 ਆ ਜਾਂਦੇ ਨੇ, ਮੋਸਟ ਆਫ ਦਾ ਕਾਲਜਿਸ ਨਹੀਂ ਐਕਸੈਪਟ ਕਰਦੇ। ਬਟ ਸਾਡੇ ਕੋਲ 2-3 ਯੂਨੀਵਰਸਿਟੀਜ਼ ਨੇ ਅਤੇ 2-3 ਡਿਗਰੀ ਪ੍ਰੋਵਾਈਡਰ ਜਿਹੜੇ ਬੈਚਲਰਸ ਡਿਗਰੀ ਦਿੰਦੇ ਨੇ, ਉਹ ਓਵਰਆਲ 6 ਅਤੇ 1-5 ਜੇ ਆਏ ਹੋਏ ਨੇ, ਉਹਨੂੰ ਐਕਸੈਪਟ ਕਰ। ਅੱਜ ਦੇ ਸ਼ੋਅ ਦੇ ਵਿੱਚ ਇੱਕ ਮੈਂ ਅਨਾਊਂਸਮੈਂਟ ਆਪਣੇ ਵੱਲੋਂ ਚੜ੍ਹਦੀ ਕਲਾ ਟਾਈਮ ਟੀਵੀ ਦੇ ਅਦਾਰੇ ਵੱਲੋਂ, ਦੇਸ਼ ਪ੍ਰਦੇਸ਼ ਦੀ ਟੀਮ ਵੱਲੋਂ ਕਰਨੀ ਚਾਹੁੰਦੇ ਹਾਂ। ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਦੇ ਬਹੁਤ ਸਾਰੇ ਬੱਚੇ ਸਕੂਲਿੰਗ ਵੀਜ਼ਾਸ ਦੇ ਵਿੱਚ ਲਗਾਉਂਦੇ ਨੇ, ਉਹਨਾਂ ਨੂੰ ਨਹੀਂ ਪਤਾ ਕਿ ਅਥੈਂਟਿਸਿਟੀ ਕੀ ਹੈ। ਅਸੀਂ ਕੋਈ ਫਾਈਲ ਨਹੀਂ ਫੜਨੀ ਦੇਸ਼ ਪ੍ਰਦੇਸ਼ ਦੀ ਟੀਮ ਨੇ, ਚੜ੍ਹਦੀ ਕਲਾ ਦੀ ਟੀਮ ਨੇ, ਜਾਂ ਕੋਈ ਸਪੈਸ਼ਲ ਮੈਂ ਜਾਂ ਸਾਡੇ ਹੋਰ ਦੋਸਤਾਂ ਨੇ। ਅਸੀਂ ਤੁਹਾਨੂੰ ਇੱਕ ਫ੍ਰੀ ਆਫ ਕੋਸਟ ਅਸੈਸਮੈਂਟ ਦੀ ਸ਼ੁਰੂਆਤ ਕੀਤੀ ਹੈ, ਤੁਸੀਂ ਫੋਨ ਕਰਕੇ, ਵਟਸਐਪ ਕਰਕੇ ਸਾਡੇ ਤੋਂ ਲੈ ਸਕਦੇ ਹੋ। ਸਕੂਲਿੰਗ ਵੀਜ਼ਾਸ ਦਾ ਸਕਸੈਸ ਰੇਟ ਨਹੀਂ ਹੈ, 1-2% ਹੈ। ਕੁਛ ਖਾਸ ਪ੍ਰੋਫਾਈਲਸ ਸਕਸੈਸ ਹੁੰਦੀਆਂ, MA ਐਡ ਦੇ ਵਿੱਚ ਨਾ ਫਸੋ। 50,000-1,00,000 ਰੁਪਏ ਦਾ ਗੇਮ ਖੇਡਣ ਦੇ ਚੱਕਰ ਦੇ ਵਿੱਚ ਪੰਜਾਬ ਦੇ ਵਿੱਚ ਐਡਵਰਟੀਜ਼ਮੈਂਟ ਚੱਲ ਰਹੀ ਹੈ। ਸੋ ਪਲੀਜ਼, ਜੇ ਕਿਸੇ ਨੂੰ ਸਲਾਹ ਚਾਹੀਦੀ, ਅਸੀਂ ਫ੍ਰੀ ਦੇਵਾਂਗੇ, ਨਾ ਹੀ ਕਿਸੇ ਦੀ ਫਾਈਲ ਲਾਉਣੀ, ਨਾ ਹੀ ਕੰਸਲਟੈਂਸੀ ਲੈਣੀ ਹੈ, ਤਾਂ ਕਿ ਤੁਸੀਂ ਬਚ ਸਕੋ। ਸੋ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਧਾਂਦਲੀ ਚੱਲ ਰਹੀ ਹੈ ਸਕੂਲਿੰਗ ਵੀਜ਼ਾ ਦੇ ਨਾਮ ਦੇ ਉੱਪਰ। ਸਪੈਸ਼ਲੀ ਕੈਨੇਡਾ ਦਾ ਵੀਜ਼ਾ ਨਹੀਂ ਆ ਰਿਹਾ, 1-2 ਤਰ੍ਹਾਂ ਦੀ ਜਿਹੜੀ ਪ੍ਰੋਫਾਈਲਸ ਹੈ ਉਹਦਾ ਆਉਂਦਾ, ਉਹ ਤੁਸੀਂ ਤੁਹਾਨੂੰ ਦੱਸ ਦਾਂਗੇ। ਉਹ ਵੀ ਫ੍ਰੀ ਆਫ ਕੋਸਟ ਅਸੈਸਮੈਂਟ ਹੈ ਸਾਡੇ ਵੱਲੋਂ, ਤੁਸੀਂ ਜੇ ਕੋਈ ਜਾਣਕਾਰੀ ਲੈਣੀ ਹੈ। ਕੁਛ ਵੀਡੀਓਜ਼, ਕੁਛ ਵੀਜ਼ਾਜ਼ ਆਏ ਨੇ ਜੀ, ਖਲਦੀਪ ਜੀ ਉਹਨਾਂ ਨੇ ਲਵਾਏ ਨੇ, ਕਹਿੰਦੇ ਵੱਲੋਂ ਬੱਚਾ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰੂਗਾ। ਉਸ ਤੋਂ ਬਾਅਦ ਪ੍ਰੋਗਰਾਮ ਨੂੰ ਫਿਰ ਜਾਰੀ ਰੱਖਾਂਗੇ। ਫੁਲਕਿਤ ਮਾਗੋ ਐਂਡ ਆਈ ਐਮ 21 ਈਅਰਸ ਓਲਡ, ਡਨ ਮਾਈ ਗ੍ਰੈਜੂਏਸ਼ਨ ਫਰੋਮ ਪੀ ਯੂਨੀਵਰਸਿਟੀ, ਆਫਟਰ ਦੈਟ ਆਈ ਹੈਵ ਡਨ ਆਈਐਲਟੀਐਸ ਫਰੋਮ ਕੈਨੇਬਲ ਇਮੀਗ੍ਰੇਸ਼ਨ ਐਂਡ ਆਈ ਗੋਟ 6.5 ਬੈਂਡ ਓਵਰਆਲ, ਐਂਡ ਆਫਟਰ ਦੈਟ ਆਈ ਪ੍ਰੋਸੀਡ ਮਾਈ ਫਾਈਲ ਫਰੋਮ ਹੇਅਰ ਫਰੋਮ ਕੈਨੇਬਲ। ਦ ਮੇਨ ਹੈਡ ਕਿਰਨਦੀਪ ਸਰ ਐਂਡ ਸੁਖਵੀਰ ਸਰ ਇਜ਼ ਵੈਰੀ ਹੈਲਪਫੁਲ ਟੂ ਮੀ, ਐਂਡ ਆਲਸੋ ਦ ਸਟਾਫ ਹੇਅਰ ਇਜ਼ ਵੈਰੀ ਸਪੋਰਟਿਵ। ਦੇ ਹੈਵ ਅਪਲਾਈਡ ਫੋਰ 4-5 ਯੂਨੀਵਰਸਿਟੀ ਵਿਚ ਆਈ ਵਾਂਟ ਟੂ, ਐਂਡ ਦੇ ਨੈਵਰ ਹੈਜ਼ੀਟੇਟ ਟੂ ਹੈਲਪ ਮੀ ਆਊਟ। ਐਂਡ ਆਫਟਰ ਦੈਟ I have applied for Charles Sword University in Australia, Sydney, and I have received my visa in 15 days with the help of Hina ma'am, Ashmita ma'am, and other staff faculty, and I am very happy that I got my visa from Cannibal, by the help of Cannibal. So thank you. ਸਰਵੀਨ ਸਿੰਘ, ਮੈਨੇ ਆਪਣੀ ਹਾਇਰ ਸਟੱਡੀਜ਼ ਕਾਮਰਸ ਸੇ ਆਪਣੀ ਸੇਂਟ ਥਾਮਸ ਸਕੂਲ ਸੇ ਕੰਪਲੀਟ ਕੀ, ਤੋ ਉਸਕੇ ਬਾਅਦ ਮੈਨੇ ਅਬਰੋਡ ਜਾਣੇ ਕਾ ਪਲਾਨ ਬਣਾਇਆ ਕਿ ਹਾਇਰ ਸਟੱਡੀਜ਼ ਕੇ ਲੀਏ ਮੈਨੇ ਅਬਰੋਡ ਜਾਣਾ ਹੈ, ਕੈਨੇਡਾ ਮੋਸਟ ਪ੍ਰੈਫਰੇਬਲੀ।
तो मैं कैनेबल इमिग्रेशन से आया क्योंकि इट वॉज रिकमेंडेड बाई वन ऑफ माई फ्रेंड्स. सो मैं यहाँ पर आया, यहाँ से मैंने आयल्स की और काफ़ी फ्रेंडली एक्सपीरियंस मिला मेरे को कि अपने क्लाइंट से ज़्यादा इन्होंने पर्सनल रिलेशनशिप बनाया, अपनी फैमिली का मेम्बर समझा, तो काफ़ी फ्रेंडली एक्सपीरियंस था. तो हम मैंने अपनी आयल्स की 7 बैंड्स लिए, तो यहाँ से मैंने वीजा अप्लाई किया. आई एम रियली थैंकफुल टू अथॉरिटीज एंड स्पेशली मंजीत मैम, जिन्होंने बहुत ही जल्दी काम करवाया, वीजा के लिए फाइल्स रेडी की और सब कुछ, और विद इन 10 वर्किंग डेज आज मैं अपने वीजा के साथ बैठा हूँ. तो आई एम रियली थैंकफुल टू कैनेबल इमिग्रेशन लुधियाना. और मैं अपने फ्रेंड्स जो भी फ्यूचर के लिए सोच रहे हैं कि हमने अब्रॉड स्टडीज करनी है, कैनेडा, न्यूजीलैंड और एनी कंट्री, आई रिकमेंड देम कैनेबल इमिग्रेशन बिकॉज ये बहुत ही वेल नोन इंस्टीट्यूशन है वीजा लगवाने के लिए और फ्रेंडली एक्सपीरियंस के साथ अपना वीजा पा सकते हैं. हेलो फ्रेंड्स, आई एम मंदी एंड आई एम फ्रॉम फुगवाड़ा. आई एम अ साइट इंजीनियर इन चंडीगढ़. बट आफ्टर दैट इस फील्ड के काम करने तो बाद मैं ये महसूस हो रहा है कि इस फील्ड के इंटरनेशनल एक्सपीरियंस बहुत मैटर करता है. इस करके मैं इंटरनेशनल स्टडी करने वास्ते कनेडा नूं प्रेफर किया. तो एक बार मैं कनेडा लई केस अप्लाई किया पर वो रिफ्यूज हो गया. तो उस तो बाद मेरे रिलेटिव ने मैं गाइड किया कि तुम कैनेबल कंसल्टेंट मिलो. इस करके मैं कैनेबल के कंसल्टेंट ऑफिस में विजिट किया. तो मेरी टीम ने पूरी तरह हेल्प दी एंड गाइड किया मैं मेरे वीजा प्रोसैस के लिए. तो एक महीने के अंदर अंदर मेरा कैनेडा का वीजा लग गया. तो आई एम वेरी थैंक टू ऑल कैनेबल टीम एंड स्पैशली मनजीत मैम, एंड दे गाइड मी वेरी वेल एंड हेल्प मी टू ओवरकम एवरी प्रॉब्लम इन माई वीजा प्रोसैस. तो मैं अपने हर एक फ्रेंड गाइड प्रेफर करता है कि तुम एक बार कैनेडा कंसल्टेंट में जरूर मिलो. अगर तुम कहते हो कि तुम कैनेडा पढ़ना चाहते हो तो प्लीज एक बार जरूर विजिट करो. थैंक यू. तो यार देखो मेरा कैनेडा का वीजा. हेलो एवरीवन, दिस इज मी पायल शर्मा फ्रॉम फिरोजपुर. आई हैव डन माय ग्रेजुएशन इन बैचलर्स ऑफ कंप्यूटर एप्लीकेशंस इन सिटी ग्रुप ऑफ इंस्टीट्यूट भदोहर एंड आई एम वेरी हैप्पी बिकॉज आई हैव रिसीव्ड माय वीजा एप्लीकेशन. मैंने बहुत सारे कंसल्टेंट के पास ट्राई किया था अपना वीजा एप्लीकेशन के लिए, इन फिरोजपुर ऑल्सो, इन लुधियाना और इवन इन चंडीगढ़ ऑल्सो. लेकिन मुझे सबने मना कर दिया कि ऑस्ट्रेलिया के वीजा के लिए वो लोग बोल रहे थे कि इजी नहीं है लेने फाइल एक्सेप्ट करना. और मेरे ब्रदर ने मुझे सजेस्ट किया कि कैनेबल इमिग्रेशन सर्विसेज में से आप पता करो कि ऑस्ट्रेलिया की वीजा की क्या रेट और क्या लेवल है. एंड इससे पहले भी मेरे ब्रदर ने और मेरे बुआ भी गए हैं यहाँ से ही, एंड दे वॉज वेरी हैप्पी एंड इवन आई एम वेरी हैप्पी टू रिसीव वीजा फ्रॉम दिस कंसल्टेंट. एंड द सेकेंड थिंग इज हीना मैम इज माई कंसल्टेंट एंड शी इज वेरी नाइस इन नेचर ऑल्सो. शी नेवर गेट इरिटेटेड फ्रॉम माई थिंग्स एंड आई हैव टू से थैंक यू टू ऑल द टीम, ऑल द immigration team, Cannibal Immigration Services. Thank you so much for that visa and I'm very very happy. I can't explain my happiness in words. I'm so happy. Thank you so much. सो वीडियो सीगियां जी, वीडियोस तो बाद तुहाडे लई कैनेबल वल्लों एक खास इनफॉर्मेशन हैगी है, कुछ असैसमेंट लई फ्री ऑफ कॉस्ट सैमीनार फेयर्स किए जा रहे हैं. किरणदीप जी थोड़ी डिटेल. तुहानू पता हैगा जी असीं अजकल ऑलमोस्ट हर हफ्ते ही कॉलेजां वालियां नूं अपने ऑफिसिस दे विच बुला रहे हैगे हां, ते कई बार कैनेडा तो, आस्ट्रेलिया तो या न्यूजीलैंड तो. ते साडा नोएडा भी ऑफिस है जिवें सारे दर्शकों नूं पता ही है, 14 मई नूं संडे असीं वर्ल्ड फेयर लैके आ रहे हैं जिदे विच नोएडा दे विच. हाँ जी, नोएडा दिल्ली वाले बच्चे दे नोएडा वाले, हरियाणा वाले भी आ सकते हैं. हाँ, फरीदाबाद, नोएडा, गुड़गांव, दिल्ली, ये सारे स्टूडेंट्स उत्थे आ सकते हैं जी. तो ये कैनेडा तो, ऑस्ट्रेलिया तो, न्यूजीलैंड तो, यूएसए तो, आयरलैंड तो, सारे ये इंस्टीट्यूशन के रिप्रजेंटेटिव आ रहे हैं. तो डिटेल्स थोड़े की बेनीफिट होएगा बच्चे नूं, असैसमेंट होएगी, एडमिशन होएगी, की ऑफर लैटर मौके पर मिलेगी? देखो जी, दिल्ली वाले स्टूडेंट्स ने ना बहुत सवाल जवाब होंगे है. तो हुण 100 तो उत्ते इंस्टीट्यूशन या 200 तो उत्ते इंस्टीट्यूशन असीं रिप्रजेंट करते हैं. साडी जिहड़ी नॉलेज, मैं ये नहीं कह सकता कि 100/100 है, तो जिहड़ा इंस्टीट्यूशन का जिहड़ा रिप्रजेंटेटिव उहदा तां सवेरे शाम का उही काम है, तो उहनूं इन डिटेल है. सो इन डैप्थ दे विच जो भी उहदे सवालात ने वो सारे उत्थे दसे जाणगे.
ਪਲੱਸ ਮਾਈਨਸ ਐਂਡ ਸਭ ਤੋਂ ਵੱਡੀ ਗੱਲ ਕੰਪੈਰੀਜ਼ਨ ਕਰ ਸਕਦਾ ਬੱਚਾ ਕਿ ਇੱਕ ਪਾਸੇ ਏ ਯੂਨੀਵਰਸਿਟੀ ਬੈਠੀ ਹੈ, ਦੂਸਰੇ ਪਾਸੇ ਬੀ ਬੈਠੀ ਹੈ, ਤੀਸਰੇ ਪਾਸੇ ਸੀ ਬੈਠੀ ਹੈ, ਉਹ ਤਿੰਨਾਂ ਨੂੰ ਮਿਲ ਕੇ ਜਾਂ ਚਾਰਾਂ ਨੂੰ ਮਿਲ ਕੇ ਜਾਂ ਛੇ ਫੈਸਲਾ ਲੈ ਸਕਦਾ, ਉਹ ਕੰਪੈਰੀਜ਼ਨ ਕਰਕੇ ਜਿਹੜਾ ਪ੍ਰੋਡਕਟ ਲੈਣਾ ਉਹ ਲੈ ਸਕਦਾ, ਨਾ ਕਿ ਮੈਂ ਕਹੂੰਗਾ ਇਹ ਬਹੁਤ ਵਧੀਆ ਅਤੇ ਇਹਦੇ 'ਚ ਹੀ ਜਾ, ਉਹ ਕੋਈ ਉਹਦੇ 'ਤੇ ਥੋਪਿਆ ਨਹੀਂ ਜਾਏਗਾ, ਉਹ ਆਪਣੇ ਆਪ ਰਿਸਰਚ ਕਰਕੇ ਛਿਆਂ ਨੂੰ ਮਿਲ ਕੇ ਜਾਂ ਅੱਠਾਂ ਨੂੰ ਮਿਲ ਕੇ ਆਪਣਾ ਐਂਡ 'ਚ ਆਪਣਾ ਫੈਸਲਾ ਵੀ ਮੈਨੂੰ ਇਹਦੇ ਵਿੱਚ ਐਡਮਿਸ਼ਨ ਦਵਾ। ਕਿਰਨ ਦੀ ਜੀ ਸਟੂਡੀਓ ਦੇ ਵਿੱਚ ਆਉਣ ਲਈ ਧੰਨਵਾਦ, ਔਰ ਸਪੈਸ਼ਲੀ ਆਸਟ੍ਰੇਲੀਆ ਦੇ ਜਿਹੜੇ ਬਦਲਾਅ ਆਏ ਨੇ, ਚੇਂਜਸ ਨੇ ਉਹਦੇ ਉੱਪਰ, ਔਰ ਕੈਨੇਡਾ ਦੇ ਉੱਪਰ ਸਪੈਸ਼ਲੀ ਟਿੱਪਣੀਆਂ ਕਰਨ ਲਈ ਤੁਹਾਡਾ ਧੰਨਵਾਦ, ਔਰ ਦਰਸ਼ਕਾਂ ਦਾ ਵੀ ਸ਼ੁਕਰੀਆ। ਉਮੀਦ ਕਰਾਂਗੇ ਅੱਜ ਦਾ ਪ੍ਰੋਗਰਾਮ ਤੁਹਾਡੇ ਲਈ ਲਾਹੇਵੰਦ ਹੋਊਗਾ। ਆਪਣੇ ਦੋਸਤ ਰਣਵੀਰ ਸਿੰਧ ਨੂੰ ਅੱਗੇ ਦੇ ਧੰਨਵਾਦ, ਸਤਿ ਸ਼੍ਰੀ ਅਕਾਲ।